ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਇਸ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰੀਏ ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੱਜ ਅਸੀਂ 12ਵੀਂ ਕਲਾਸ ਦੀ ਪੁਸਤਕ ਲਾਜ਼ਮੀ ਪੰਜਾਬੀ ਵਿੱਚ ਦਰਜ ਲੇਖ ਪੰਜਾਬ ਦੇ ਲੋਕ ਨਾਚ ਦੀ ਪ੍ਰੇਸ਼ਨ ਉਤਰ ਵਸਤੂਨਿਸ਼ਟ ਪ੍ਰੇਸ਼ਨ ਬਹੁ ਵਿਕਲਪੀ ਪ੍ਰੇਸ਼ਨ ਖਾਲੀ ਥਾਵਾਂ ਅਤੇ ਠੀਕ ਗਲਤ ਕਰਾਂਗੇ ਸਭ ਤੋਂ ਪਹਿਲਾਂ ਪੰਜਾਬ ਦੇ ਲੋਕ ਨਾਚ ਦੇ ਕੁਸ਼ਚਨ ਆਨਸਰ ਫਰਸਟ ਕੁਸ਼ਚਨ ਪੰਜਾਬ ਦੇ ਲੋਕ ਨਾਚਾਂ ਦੀ ਪ੍ਰਾਚੀਨਤਾ ਦਾ ਕਿਵੇਂ ਪਤਾ ਲੱਗਦਾ ਹੈ ਉੱਤਰ ਪੰਜਾਬ ਦੇ ਲੋਕ ਨਾਚ ਬਹੁਤ ਪ੍ਰਾਚੀਨ ਹਨ ਪੰਜਾਬ ਵਿੱਚ 5000 ਈਸਵੀ ਪੂਰਵ ਤੋਂ ਲੋਕ ਨਾਚ ਨਚਣ ਦੀ ਪਰੰਪਰਾ ਦੇ ਸਬੂਤ ਮਿਲਦੇ ਹਨ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਪਰੰਪਰਾ ਵਿੱਚ ਕਈ ਤਬਦੀਲੀਆਂ ਆਈਆਂ ਹਨ ਨੈਕਸਟ ਕੁਐਸਚਨ ਇਸਤਰੀਆਂ ਦੇ ਮੁੱਖ ਨਾਚਾਂ ਦਾ ਸੰਖੇਪ ਵਿੱਚ ਵਰਣਨ ਕਰੋ ਉੱਤਰ ਗਿੱਧਾ ਸੱੰਮੀ ਕਿੱਕਲੀ ਹੁਣ ਅਸੀਂ ਇਸ ਦਾ ਵਿਸਤਾਰਪੂਰਵਕ ਵਰਣਨ ਕਰਾਂਗੇ ਗਿੱਧਾ ਗਿੱਧਾ ਪੰਜਾਬ ਦੀਆਂ ਮੁਟਿਆਰ ਇਸਤਰੀਆਂ ਦੇ ਚਾਵਾਂ ਉਮੰਗਾਂ ਅਤੇ ਬਲਵਲਿਆਂ ਆਦ ਨੂੰ ਪ੍ਰਗਟਾਉਣ ਵਾਲਾ ਹਰਮਨ ਪਿਆਰਾ ਲੋਕ ਨਾਚ ਹੈ ਪੰਜਾਬ ਦੇ ਜਨ ਜੀਵਨ ਵਿੱਚ ਗਿੱਧੇ ਦੀ ਸਦੀਆਂ ਤੋਂ ਹੀ ਵਿਸ਼ੇਸ਼ਤਾ ਬਣੀ ਰਹੀ ਹੈ ਗਿੱਧਾ ਤਾਲੀ ਨਾਲ ਛੇ ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜੀਆਂ ਮੁਟਿਆਰਾਂ ਇਸਤਰੀਆਂ ਤਾਲੀ ਮਾਰਦੀਆਂ ਹਨ ਤਾਲੀ ਦਾ ਵਹਾਅ ਬੋਲੀਆਂ ਅਤੇ ਟੱਪਿਆਂ ਨਾਲ ਨੱਚਦਾ ਹੈ ਬੋਲੀਆਂ ਤੇ ਟੱਪਿਆਂ ਵਿੱਚ ਉਚਾਰੇ ਗਏ ਭਾਵਾਂ ਨੂੰ ਨਾਚ ਮੁੰਦਰਾਵਾਂ ਦੁਆਰਾ ਪੇਸ਼ ਕੀਤਾ ਜਾਂਦਾ ਹੈ ਗਿੱਧੇ ਦੀ ਤਾਲੀ ਅਤੇ ਬੋਲੀ ਟੱਪੇ ਵਿੱਚ ਰਸ ਅਤੇ ਇੱਕ ਸੁਰਤਾ ਬਣਾ ਰੱਖਣ ਲਈ ਬੱਲੇ ਬੱਲੇ ਬਈ ਸ਼ਾਵਾ ਸ਼ਾਵਾ ਆਦਿ ਸ਼ਬਦਾਂ ਨੂੰ ਲਮਕਾਵੀ ਸੁਰ ਵਿੱਚ ਨਾਲ ਜੋੜ ਲਿਆ ਜਾਂਦਾ ਹੈ ਪੰਜਾਬਨਾ ਹਰ ਤਰ੍ਹਾਂ ਦੇ ਕੰਮ ਕਾਜ ਵਿੱਚੋਂ ਗਿੱਧੇ ਲਈ ਮੌਕਾ ਸਿਰਜ ਲੈਂਦੀਆਂ ਹਨ ਇਸ ਲਈ ਗਿੱਧੇ ਲਈ ਘਰ ਦਾ ਵੇੜਾ ਖੁੱਲੀ ਛੱਤ ਖੇਤ ਮੈਦਾਨ ਆਦ ਹਰ ਤਰ੍ਹਾਂ ਦੀ ਥਾਂ ਟੁਕਵੀਂ ਹੁੰਦੀ ਹੈ ਗਿੱਧੇ ਦੇ ਦ੍ਰਿਸ਼ ਵਿੱਚ ਇੱਕ ਕੁੜੀ ਬੋਲੀ ਪਾਉਂਦੀ ਹੈ ਅਤੇ ਬਾਕੀ ਉਸ ਦੇ ਸਾਥ ਵਿੱਚ ਆਵਾਜ਼ ਚੁਕਦੀਆਂ ਹਨ ਇਸ ਵਿੱਚ ਦੋ ਮੁਟਿਆਰਾਂ ਜੁਟ ਕੇ ਰੇ ਦੇ ਵਿਚਕਾਰ ਬੋਲੀ ਦੇ ਹਾਵਾਂ ਭਾਵਾਂ ਨੂੰ ਪ੍ਰਗਟਾਉਣ ਵਾਲੀਆਂ ਮੁੰਦਰਾਵਾਂ ਦਾ ਪ੍ਰਦਰਸ਼ਨ ਕਰਦਾ ਹੈ ਇਹ ਪ੍ਰਭਾਵ ਘੰਟਿਆਂ ਤੱਕ ਚੱਲਦਾ ਰਹਿੰਦਾ ਹੈ ਗਿੱਧੇ ਦੀ ਧੀਮੀ ਗਤੀ ਨੂੰ ਤੇਜ਼ ਕਰਨ ਲਈ ਬੋਲੀਆਂ ਉਚਾਰੀਆਂ ਜਾਂਦੀਆਂ ਹਨ ਜਿਵੇਂ ਹਾਰੇ ਨਾ ਮਲਵੈਣੇ ਗਿੱਧਾ ਹਾਰ ਗਿਆ ਗਿੱਧੇ ਦੀਆਂ ਮੁੰਦਰਾਵਾਂ ਪੈਰਾਂ ਦੀਆਂ ਥਾਪਾਂ ਹੱਥਾਂ ਦੀਆਂ ਤਾੜੀਆਂ ਬਾਹਾਂਵਾਂ ਦੇ ਹੁਲਾਰਿਆਂ ਬੁੱਲਾ ਥਾਣੀ ਵੱਖ-ਵੱਖ ਤਰ੍ਹਾਂ ਆਵਾਜ਼ਾਂ ਕੱਢ ਕੇ ਕਿਸੇ ਦੀ ਨਕਲ ਲਾ ਕੇ ਅੰਮੋ ਸਾਹਮਣੇ ਹੋ ਕੇ ਲੜਾਈ ਦਾ ਦ੍ਰਿਸ਼ ਸਿਰਜ ਕੇ ਧਰਤੀ ਤੇ ਬੈਠ ਕੇ ਸਰੀਰ ਨੂੰ ਹੁਲਾਰਾ ਦੇ ਕੇ ਆਦਜੁਕਤਾ ਰਾਹੀ ਪੇਸ਼ ਕੀਤੀਆਂ ਜਾਂਦੀਆਂ ਹਨ ਰਾਗ ਅਤੇ ਤਾਲ ਦੇ ਪੱਖੋਂ ਗਿੱਧਾ ਸੁਤੰਤਰਤਾ ਦਾ ਧਾਰਨੀ ਹੈ ਅਤੇ ਸਾਜ਼ਾਂ ਦਾ ਮੁਤਾਜ ਨਹੀਂ ਭਾਵੇਂ ਕਿ ਢੋਲਕੀ ਦੀ ਵਰਤੋਂ ਆਮ ਤੌਰ ਤੇ ਕਰ ਲਈ ਜਾਂਦੀ ਹੈ ਗਿੱਧੇ ਦੀਕ ਬੋਲੀ ហេਠਾ ਦਰਜ ਹੈ ਵੇ ਗੁਰ ਦਿੱਤੇ ਦੇ ਪਾਇਆ ਹਾਂ ਜੀ ਵੇ ਦੋ ਕਟੇਲਿਆਂ ਦੇ ਹਾਂ ਜੀ ਵੇ ਮੇਰੀ ਪੀੜ ਕਲੇਜੇ ਹਾਂ ਜੀ ਵੇ ਮੈਂ ਮਰਦੀ ਜਾਵਾ ਹਾਂ ਜੀ ਵੇ ਤੇਰੀ ਸੜਸੜ ਜਾਏ ਹਾਂ ਜੀ ਹਾਂ ਜੀ ਗਿੱਧੇ ਨੂੰ ਪੰਜਾਬ ਦਾ ਸਿਰਤਾਜ ਲੋਕਨਾਚ ਮੰਨਿਆ ਗਿਆ ਹੈ ਇਸਤਰੀਆਂ ਦਾ ਦੂਸਰਾ ਪ੍ਰਸਿੱਧ ਲੋਕਨਾਚ ਹੈ ਸਮਮੀ ਇਸਤਰੀਆਂ ਦਾ ਪ੍ਰਸਿੱਧ ਲੋਕਨਾਚ ਸਮਮੀ ਸੰਜੇ ਪੰਜਾਬ ਦੇ ਪੱਛਮੀ ਬਾਗ ਦੀਆਂ 12 ਵਿੱਚ ਪ੍ਰਚਲਿਤ ਰਿਹਾ ਹੈ ਇਸ ਲੋਕ ਨਾਚ ਦਾ ਇਹ ਨਾਂ ਪੈਨ ਸੰਬੰਧੀ ਵਕ ਵਕ ਤਾਰਨਾਵਾ ਪ੍ਰਚਲਿਤ ਹਨ ਸਮੀ ਨਾਚ ਗਿੱਧੇ ਵਾਂਗ ਹੀ ਘੇਰਾ ਬਣਾ ਕੇ ਨੱਚਿਆ ਜਾਂਦਾ ਹੈ ਪਰ ਇਸ ਦੀਆਂ ਮੁਦਰਾਵਾਂ ਗਿੱਧੇ ਤੋਂ ਕੁਝ ਵੱਖ ਹੁੰਦੀਆਂ ਹਨ ਘੇਰੇ ਵਿੱਚੋਂ ਕੁਝ ਇਸਤਰੀਆਂ ਖਲੋ ਕੇ ਹੱਥ ਅਤੇ ਬਾਹਾਂ ਉੱਪਰ ਵੱਲ ਕਰਦੀਆਂ ਹਨ ਅਤੇ ਫਿਰ ਕਿਸੇ ਪੰਛੀ ਨੂੰ ਆਵਾਜ਼ ਮਾਰਨ ਦਾ ਸੰਕੇਤ ਕਰਦੀਆਂ ਹੋਈਆਂ ਸੁਰੀਲੀ ਆਵਾਜ਼ ਵਿੱਚ ਗੀਤ ਦੇ ਇਹ ਬੋਲ ਆਲਾਪਦੀਆਂ ਹਨ ਖਲੀ ਦੇਨੀਆਂ ਸੋਹਣੜਾ ਖਲੀ ਦੇਨੀਆਂ ਸੋਹਣੜਾ ਇਸ ਬਨੇਰੇ ਨੂੰ ਅੱਲਾ ਖੈ ਸੁਣਾਵੇ ਸੱਜਣ ਮੇਰੇ ਨੂੰ ਸੰਮੇ ਨਾਚ ਨੱਚਣ ਵਾਲੀਆਂ ਨਚਾਰ ਇਸਤਰੀਆਂ ਨੂੰ ਨੱਚਦੇ ਸਮੇਂ ਢੋਲ ਕੀ ਜਾਂ ਕਿਸੇ ਹੋਰ ਸਾਜ਼ ਦੀ ਲੋੜ ਨਹੀਂ ਪੈਂਦੀ ਉਹ ਹੱਥਾਂ ਦੀਆਂ ਤਾੜੀਆਂ ਤੋਂ ਬਿਨਾ ਛੁਟਕੀਆਂ ਅਤੇ ਪੈਰਾਂ ਦੀ ਥਾਪ ਨਾਲ ਤਾਲ ਸਿਰਜ ਲੈਂਦੀਆਂ ਹਨ ਅਗਲਾ ਲੋਕਨਾਚ ਹੈ ਕਿਕਲੀ ਕਿਕਲੀ ਛੋਟੀਆਂ ਕੁੜੀਆਂ ਦਾ ਲੋਕਨਾਚ ਹੈ ਇਸ ਲੋਕਨਾਚ ਨੂੰ ਭਾਵੇਂ ਗਿੱਧੇ ਜਾਂ ਔਰਤਾਂ ਦੇ ਹੋਰ ਲੋਕਨਾਚਾਂ ਦੇ ਆਰੰਭਿਕ ਜਾਂ ਅੰਤਿਮ ਚਰਨ ਦੇ ਪੜਾਵਾਂ ਤੇ ਪੇਸ਼ ਕਰ ਲਿਆ ਜਾਂਦਾ ਹੈ ਪਰ ਇਹ ਬੱਚੀਆਂ ਦਾ ਹੀ ਸੁਤੰਤਰ ਲੋਕਨਾਚ ਹੈ ਇਸ ਨੂੰ ਖੇਡ ਨਹੀਂ ਮੰਨਣਾ ਚਾਹੀਦਾ ਕਿਕਲੀ ਤੋਂ ਭਾਗ ਖੁਸ਼ੀ ਅਤੇ ਚਾਹ ਭਰੀ ਆਵਾਜ਼ ਹੈ ਨਿੱਕੀਆਂ ਕੁੜੀਆਂ ਮਨ ਪਰ ਚਾਵੇ ਲਈ ਕਿਸੇ ਖੁਸ਼ੀ ਦੇ ਮੌਕੇ ਤੇ ਦੋ ਜਾਂ ਦੋ ਤੋਂ ਵੱਧ ਦੇ ਸਮੂਹ ਵਿੱਚ ਕਿਸੇ ਵੇੜੇ ਕੋਠੇ ਦੀ ਛੱਤ ਖੇਤ ਜਾਂ ਚਰਸਤੇ ਜਾਂ ਥਾਵਾਂ ਤੇ ਇਹ ਲੋਕਨਾਚ ਨਿੱਕੇ-ਨਿੱਕੇ ਲੋਕਗੀਤਾਂ ਨਾਲ ਨੱਚ ਲੈਂਦੀਆਂ ਹਨ ਕਿਕਲੀ ਦਾ ਪ੍ਰਚਲਿਤ ਲੋਕਗੀਤ ਇਸ ਪ੍ਰਕਾਰ ਹੈ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਪਾਏ ਦਾ ਫਿੱਟੇ ਨੂੰ ਜਵਾਈ ਦਾ ਕਿਕਲੀ ਲਈ ਨਿੱਕੀਆਂ ਕੁੜੀਆਂ ਕਿਸੇ ਥਾਂ ਇਕੱਠੀਆਂ ਹੋ ਕੇ ਦੋ-ਦੋ ਦੇ ਜੋਟੇ ਬਣਾ ਲੈਂਦੀਆਂ ਹਨ ਜਿਸ ਜੋਟੇ ਨੇ ਸਮੂਹ ਦੇ ਇਕੱਠ ਵਿੱਚ ਘਰ ਆ ਕੇ ਕਿਕਲੀ ਪੇਸ਼ ਕਰਨੀ ਹੁੰਦੀ ਹੈ ਉਸ ਵਿੱਚੋਂ ਇੱਕ ਕੁੜੀ ਦੂਜੀ ਦਾ ਸੱਜਾ ਹੱਥ ਆਪਣੇ ਸੱਜੇ ਹੱਥ ਵਿੱਚ ਅਤੇ ਉਹਦਾ ਖੱਬਾ ਹੱਥ ਆਪਣੇ ਖੱਬੇ ਹੱਥ ਵਿੱਚ ਕੁੱਟ ਕੇ ਫੜ ਲੈਂਦੀ ਹੈ ਦੂਜੀ ਵੀ ਇਸੇ ਤਰ੍ਹਾਂ ਹੀ ਕਰਦੀ ਹੈ ਫਿਰ ਇਹ ਕੁੜੀਆਂ ਆਪਣੇ ਪੈਰਾਂ ਦਾ ਭਾਰ ਪੱਬਾਂ ਉੱਤੇ ਪਾਉਂਦੀਆਂ ਹਨ ਅਤੇ ਬਾਕੀ ਸਰੀਰ ਦਾ ਭਾਰ ਪਿਛਾਂ ਵੱਲ ਉਲਾਰਿਆ ਜਾਂਦਾ ਹੈ ਇਸ ਤਰ੍ਹਾਂ ਵਿੱਚ ਸਰੀਰ ਦਾ ਭਾਰ ਪੱਬਾਂ ਤੇ ਪਾਉਂਦੀਆਂ ਹਨ ਬਾਕੀ ਸਰੀਰ ਦਾ ਭਾਰ ਪਿਛਾਂ ਵੱਲ ਉਲਾਰਿਆ ਜਾਂਦਾ ਹੈ ਇਸ ਤਰ੍ਹਾਂ ਦੀ ਮੰਦਰਾ ਵਿੱਚ ਸਰੀਰ ਦਾ ਭਾਰ ਪੱਬਾਂ ਤੋਂ ਵੱਧ ਬਾਹਾਂ ਦੀ ਬਣਾਈ ਸੰਗਲੀ ਜਹੀ ਤੇ ਰੱਖਿਆ ਜਾਂਦਾ ਹੈ ਤੇ ਕਿਕਲੀ ਦੇ ਲੋਕ ਗੀਤਾਂ ਦਾ ਉਚਾਰ ਕੀਤਾ ਜਾਂਦਾ ਹੈ ਕੁੜੀਆਂ ਤੇਜ਼ ਗਤੀ ਵਿੱਚ ਘੁੰਮਦੀਆਂ ਹਨ ਕਿਕਲੀ ਤੀਬਰ ਗਤੀ ਦਾ ਜੁੱਟ ਨਾਚ ਹੈ ਜਿਸ ਵਿੱਚ ਕਿਸੇ ਵੀ ਸਾਜ਼ ਦੀ ਲੋੜ ਨਹੀਂ ਪੈਂਦੀ ਕਿਕਲੀ ਦਾ ਇੱਕ ਲੋਕ ਗੀਤ ਇਸ ਪ੍ਰਕਾਰ ਹੈ ਗਈ ਸਾ ਮੈਂ ਗੰਗਾ ਚੜਾਲ ਲਈ ਵੰਗਾ ਅਸ ਅਸਮਾਨੀ ਮੇਰਾ ਕੱਗਰਾ ਮੈਂ ਕਿਹੜੀ ਕਿੱਲੀ ਟੰਗਾ ਅਗਲਾ ਕੁਐਸਚਨ ਪੰਜਾਬ ਦੇ ਮਰਦਾਂਵੇਂ ਲੋਕ ਨਾਚਾਂ ਦਾ ਸੰਖੇਪ ਵਰਣਨ ਕਰੋ ਉੱਤਰ ਨੰਬਰ 1 ਪੰਗੜਾ ਪੰਗੜਾ ਪੰਜਾਬ ਦੇ ਗੱਬਰੂਆਂ ਦਾ ਲੋਕ ਨਾਚ ਹੈ ਇਸ ਲੋਕ ਨਾਚ ਵਿੱਚ ਤਕੜੇ ਅਤੇ ਗੱਟੇ ਹੋਏ ਸਰੀਰ ਦਾ ਪ੍ਰਦਰਸ਼ਨ ਸਧਾਰਨ ਪਰ ਸੁੰਦਰ ਪੋਸ਼ਾਕ ਰਾਹੀਂ ਮਸਤੀ ਵਿੱਚ ਜੋਸ਼ ਅਤੇ ਹੌਸਲੇ ਭਰਪੂਰ ਮੁੰਦਰਾਵਾ ਰਾਹੀ ਹੁੰਦਾ ਹੈ ਸੱਭਿਆਚਾਰ ਦੇ ਇਤਿਹਾਸ ਕਰਨ ਕਾਲਕਰਮ ਵਿੱਚ ਪੰਗੜੇ ਨੇ ਆਪਣਾ ਰੂਪ ਦਿਖਾ ਰਿਹਾ ਹੈ ਅਤੇ ਖੇਤੀ ਯੁੱਗ ਤੱਕ ਇਹ ਪੂਰੀ ਤਰ੍ਹਾਂ ਪ੍ਰਚਲਿਤ ਹੋ ਗਿਆ ਪੰਗੜਾ ਪਛਮੀ ਪੰਜਾਬ ਦੇ ਗੁਜਰਾਵਾਲਾ ਸਰਗੋਦਾ ਗੁਜਰਾਤ ਅਤੇ ਵਿਸ਼ੇਸ਼ ਤੌਰ ਤੇ ਸਿਆਲਕੋਟ ਜ਼ਿਲ੍ਹੇ ਦੇ ਸਾਰੇ ਭਾਗਾਂ ਵਿੱਚ ਅਤੇ ਪੂਰਬੀ ਪੰਜਾਬ ਦੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਪ੍ਰਚਲਿਤ ਰਿਹਾ ਹੈ। ਦੇਸ਼ਵੰਡ ਪਿਛਲੇ ਇਧਰਲੇ ਪੰਜਾਬ ਦੇ ਕੋਨੇ-ਕੋਨੇ ਵਿੱਚ ਪੰਗੜਾ ਲੋਕਪ੍ਰੀਏ ਹੋ ਚੁੱਕਾ ਹੈ। ਇਸ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋ ਚੁੱਕੀ ਹੈ। ਪੰਗੜਾ ਢੋਲ ਦੀ ਸਰਲ ਤਾਲ ਤੇ ਨੱਚਿਆ ਜਾਂਦਾ ਹੈ। ਪੰਗੜੇ ਦੇ ਆਰੰਭ ਵਿੱਚ ਇਹ ਤਾਲ ਧੀਮੀ ਵੱਜਦੀ ਹੈ। ਫਿਰ ਨਾਚਾਰ ਪੰਗੜੇ ਦੇ ਤਾਲ ਅਨੁਸਾਰ ਪੈਰਾਂ ਦੇ ਸਰੀਰ ਦੇ ਹੋਰੰਗਾਂ ਨੂੰ ਹਲੂਣਦੇ ਹੋਏ ਕਈ ਤਰ੍ਹਾਂ ਦੀਆਂ ਮੁੰਦਰਾਵਾਂ ਦਾ ਪ੍ਰਗਟਾਵਾ ਕਰਦੇ ਹਨ ਪੰਗੜੇ ਦੀ ਟੋਲੀ ਵਿੱਚੋਂ ਨਾਚਾਰ ਜਾਂ ਢੋਲਸੀ ਬੋਲੀ ਉਚਾਰਦਾ ਹੈ ਬਾਕੀ ਬੋਲ ਅਨੁਸਾਰ ਉਸ ਦਾ ਸਾਥ ਦਿੰਦੇ ਹਨ ਆਰੰਭਿਕ ਸਮੇਂ ਦੀ ਇੱਕ ਬੋਲੀ ਇਸ ਪ੍ਰਕਾਰ ਹੈ ਦੇਸ਼ ਪੰਜਾਬ ਦੇ ਮੁੰਡੇ ਸੁਣੀ ਦੇ ਹਿੱਕਾਂ ਰੱਖਦੇ ਤਨੀਆਂ ਇਕੱਠੇ ਹੋ ਕੇ ਪੌਣ ਬੋਲੀਆਂ ਮੁੱਛਾਂ ਰੱਖਦੇ ਖੜੀਆਂ ਢੋਲੇ ਦੀ ਅੰਤਿਮ ਤੁਕ ਦੇ ਉਚਾਰ ਨਾਲ ਨਾਚ ਤੇਜ਼ ਹੋ ਜਾਂਦਾ ਹੈ ਇਸ ਤਰ੍ਹਾਂ ਭੰਗੜੇ ਵਿੱਚ ਬੋਲੀਆਂ ਅਤੇ ਟੱਪਿਆਂ ਦੇ ਅਨੁਕੂਲ ਹੀ ਤਾਲ ਤੇ ਮੁੰਦਰਾਵਾਂ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ ਭੰਗੜਾ ਹਰ ਖੁਸ਼ੀ ਦੇ ਮੌਕੇ ਤੇ ਪਾਇਆ ਜਾਂਦਾ ਹੈ ਇਸ ਵਿੱਚ ਟੂਲ ਤੋਂ ਬਿਨਾਂ ਚਿਮਟੇ, ਡਾਂਗ, ਕਾਟੋ ਆਦਿ ਵਰਤੋਂ ਕੀਤੀ ਜਾਂਦੀ ਹੈ। ਨਚਾਰ ਪੰਗੜੇ ਵਿੱਚ ਆਮੋ ਸਾਹਮਣੇ, ਘੇਰੇ ਵਿੱਚ, ਅੱਗੇ ਪਿੱਛੇ, ਸੱਜੇ ਖੱਬੇ, ਟੋਲੀ ਦੇ ਇਰਦ-ਗਿਰਦ ਇੱਕ ਦੂਸਰੇ ਦੇ ਮੋਢਿਆਂ ਜਾਂ ਪੈਰਾਂ ਤੇ ਚੜ੍ਹ ਕੇ ਕਿਸੇ ਦਿਸ਼ਾ ਵੱਲ ਵੀ ਹੁਲਾਰੇ ਵਿੱਚ ਘੁੰਮਦੇ ਹੋਏ ਨੱਚ ਸਕਦੇ ਹਨ। ਪੰਗੜੇ ਵਿੱਚ ਨਚਾਰਾਂ ਦੀ ਗਿਣਤੀ ਨੰਧਾਰਿਤ ਨਹੀਂ ਹੁੰਦੀ। ਇਸ ਵਿੱਚ ਵਿਸ਼ੇਸ਼ ਸਾਜਾਂ ਦੀ ਬਹੁਤੀ ਵਰਤੋਂ ਨਹੀਂ ਹੁੰਦੀ ਨਚਾਰਾਂ ਦੀ ਪੋਸ਼ਾਕ ਸਧਾਰਨ ਪੱਗ ਕਮੀਜ਼ ਚਾਦਰਾਂ ਹੁੰਦੀ ਹੈ ਉਹ ਗਲਾ ਵਿੱਚ ਕੈਂਠੇ ਅਤੇ ਕੰਨਾਂ ਵਿੱਚ ਮੁਰਕੀਆਂ ਆਦ ਪਹਿਨ ਲੈਂਦੇ ਹਨ ਜੋ ਕਿ ਸਮੇਂ ਵਿੱਚ ਪੰਗੜੇ ਦਾ ਰੂਪ ਬਦਲ ਗਿਆ ਹੈ ਨਿਰਸੰਦੇ ਪੰਗੜਾ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ ਮਰਦਾਂ ਦਾ ਅਗਲਾ ਲੋਕ ਨਾਚ ਹੈ ਚੁੰਮਰ ਮਰਦਾਂ ਦਾ ਲੋਕਨਾਚ ਝੂਮਰ ਪੱਛਮੀ ਪੰਜਾਬ ਦੀ ਸੰਦਲਵਾਰ ਦੇ ਲੋਕਾਂ ਦੇ ਚਾਵਾ ਮਲਾਰਾਂ ਨੂੰ ਪ੍ਰਗਟ ਕਰਨ ਵਾਲਾ ਪ੍ਰਸਿੱਧ ਲੋਕਨਾਚ ਹੈ ਝੂਮ ਝੂਮ ਕੇ ਨੱਚਣ ਕਾਰਨ ਇਸ ਦਾ ਨਾਂ ਝੂਮਰ ਪੈ ਗਿਆ ਬਾਹਰ ਦੇ ਲੋਕਾਂ ਦੇ ਇੱਧਰਲੇ ਪੰਜਾਬ ਵਿੱਚ ਆ ਕੇ ਵਸਣ ਉਪਰੰਤ ਇਹ ਲੋਕਨਾਚ ਵੀ ਇੱਧਰ ਆ ਗਿਆ ਝੂਮਰ ਨਾਚ ਨੱਚਣ ਲਈ ਲੋਕ ਸਮੂਹਿਕ ਰੂਪ ਵਿੱਚ ਕਿਸੇ ਖੁੱਲੀ ਥਾਂ ਘੇਰੇ ਦੇ ਆਕਾਰ ਵਿੱਚ ਲੋਕ ਗੀਤ ਢੋਲੀ ਦੇ ਬੋਲਾਂ ਰਾਹੀਂ ਢੋਲ ਦੀ ਤਾਲ ਤੇ ਨੱਚਦੇ ਰਹੇ ਹਨ ਇਹ ਨਾਚ ਤਿੰਨ ਤਿੰਨ ਪੜਾਵਾਂ अथवा ਤਿੰਨ ਤਾਲਾਂ ਮਠੀ ਤਾਲ ਤੇਜ ਤਾਲ ਬਹੁਤ ਹੀ ਤੇਜ ਤਾਲ ਅਧੀਨ ਨੱਚਿਆ ਜਾਂਦਾ ਹੈ ਅੰਤਿਮ ਪੜਾ ਤੱਕ ਸਾਰਿਆਂ ਵਿੱਚੋਂ ਕੁਝ ਕੁ ਨਚਾਰ ਹੀ ਨੱਚਦੇ ਰਹਿ ਜਾਂਦੇ ਹਨ ਅਤੇ ਬਾਕੀ ਹਾਰ ਹਫਕੇ ਖਲੋ ਜਾਂਦੇ ਹਨ ਚੁੰਮਰ ਦੇ ਗੀਤਾਂ ਦੀਆਂ ਉਦਾਹਰਨਾਂ ਇਸ ਪ੍ਰਕਾਰ ਹਨ ਲੰਗ ਆ ਜਾ ਪਤਨ ਚਨਾ ਦਾ ਯਾਰ ਲੰਗ ਆ ਜਾ ਪਤਨ ਚਨਾ ਦਾ ਅਜੋਕੇ ਸਮੇਂ ਵਿੱਚ ਚੁੰਮਰ ਦੀਆਂ ਕੁਝ ਮੁੰਦਰਾਵਾਂ ਪੰਗੜੇ ਵਿੱਚ ਵੀ ਪੇਸ਼ ਕੀਤੀਆਂ ਜਾਣ ਲੱਗ ਪਈਆਂ ਹਨ ਅਗਲਾ ਕੁਐਸਚਨ ਹੀਰ ਲੇਖਿਆ ਬਾਰੇ ਸੰਖੇਪ ਨੋਟ ਲਿਖੋ ਗਿੱਤਾਂ ਪੰਗੜਾ ਸੰਮੀ ਚੁੰਮਰ ਕਿਕਲੇ ਇਸ ਦੇ ਉੱਤਰ ਵਿੱਚ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਅਸੀਂ ਪਿਛਲੇ ਕੋਸ਼ਨਾ ਵਿੱਚ ਇਸਤਰੀਆਂ ਦੇ ਕੁਝ ਨਾਚ ਅਤੇ ਮਰਦਾਂ ਦੇ ਕੁਝ ਨਾਚ ਪੜ ਚੁੱਕੇ ਹਾਂ ਇਸ ਲਈ ਗਿੱਧਾ ਪੰਗੜਾ ਸੰਮੀ ਝੁੰਮਰ ਤੇ ਕਿੱਕਲੀ ਦਾ ਆਨਸਰ ਅਸੀਂ ਉਹਨਾਂ ਵਿੱਚ ਦੇਖ ਸਕਦੇ ਹਾਂ ਅਗਲਾ ਕੁਐਸਚਨ ਵਰਤਮਾਨ ਸਮੇਂ ਵਿੱਚ ਪੰਗੜੇ ਦੇ ਬਦਲ ਦੇ ਸਰੂਪ ਬਾਰੇ ਦੱਸੋ ਉੱਤਰ ਵਰਤਮਾਨ ਸਮੇਂ ਵਿੱਚ ਪੰਗੜੇ ਦਾ ਸਰੂਪ ਬਦਲ ਚੁੱਕਾ ਹੈ ਬੋਲੀਆਂ ਦੇ ਪੱਦਰ ਮੁੰਦਰਾਵਾਂ ਦੇ ਸੰਚਾਰ ਪੱਦਰ ਅਤੇ ਸਾਜੂ ਸਮਾਨ ਆਦ ਪੱਖੋਂ ਕਾਫੀ ਤਬਦੀਲੀ ਆ ਚੁੱਕੀ ਹੈ ਇਸ ਵਿੱਚ ਵਿਦੇਸ਼ੀ ਨਾਚਾਂ ਦੀਆਂ ਮੁੰਦਰਾਵਾਂ ਵੀ ਸ਼ਾਮਲ ਹੋ ਰਹੀਆਂ ਹਨ ਕੁਝ ਉਹ ਲੋਕ ਨਾਚ ਜਿਨ੍ਹਾਂ ਦੀ ਹੋਂਦ ਮਿਟਦੀ ਜਾ ਰਹੀ ਹੈ ਦੀਆਂ ਮੁੰਦਰਾਵਾਂ ਨੂੰ ਇਸ ਦੀਆਂ ਚਾਲਾਂ ਤੇ ਮੁੰਦਰਾਵਾਂ ਦੇ ਨਾਂ ਗ੍ਰਹਿਣ ਕਰ ਚੁੱਕੀਆਂ ਹਨ ਇਸ ਤਰ੍ਹਾਂ ਪੰਗੜੇ ਦਾ ਸਰੂਪ ਬਦਲ ਰਿਹਾ ਹੈ ਅਗਲਾ ਕੁਐਸਚਨ ਪੰਜਾਬ ਦੇ ਲੋਕ ਨਾਚ ਪਾਠ ਵਿੱਚ ਮੁੱਖ ਨਾਚਾਂ ਤੋਂ ਬਿਨਾ ਹੋਰ ਕਿਹੜੇ-ਕਿਹੜੇ ਨਾਚਾਂ ਦਾ ਜ਼ਿਕਰ ਆਇਆ ਹੈ ਉੱਤਰ ਪੰਜਾਬ ਦੇ ਲੋਕ ਨਾਚ ਪਾਠ ਵਿੱਚ ਇਸਤਰੀਆਂ ਅਤੇ ਮਰਦਾਂ ਦੇ ਮੁੱਖ ਨਾਚਾਂ ਤੋਂ ਬਿਨਾ ਕੁਝ ਹੋਰ ਨਾਚਾਂ ਦਾ ਜ਼ਿਕਰ ਵੀ ਆਇਆ ਹੈ ਇਸਤਰੀਆਂ ਦੇ ਇਹ ਜਿਹੇ ਨਾਚ ਪੰਜਾਬ ਦੇ ਖਾਸ-ਖਾਸ ਖੇਤਿਆਂ ਵਿੱਚ ਨੱਚੇ ਜਾਂਦੇ ਰਹੇ ਹਨ ਪਰ ਇਹਨਾਂ ਨੂੰ ਲੋਕ ਪਰਵਾਨਗੀ ਨਾ ਮਿਲਣ ਕਾਰਨ ਇਹ ਹੌਲੀ-ਹੌਲੀ ਅਲੋਪ ਹੋ ਗਏ ਹਨ ਇਹਨਾਂ ਲੋਕ ਨਾਚਾਂ ਵਿੱਚ ਹੁੱਲੇ-ਹੁਲਾਰੇ ਨਾਂ ਦਾ ਲੋਕ ਨਾਚ ਸਾਂਝੇ ਪੰਜਾਬ ਦੀਆਂ ਔਰਤਾਂ होली ਅਤੇ ਲੋੜੀ ਵਰਗੇ ਖੁਸ਼ੀ ਦੇ ਤਿਉਹਾਰਾਂ ਸਮੇਂ ਕੇਰੇ ਦੇ ਰੂਪ ਵਿੱਚ ਬੜੇ ਚਾਵਾਂ ਨਾਲ ਨੱਚਦੀਆਂ ਸਨ ਅੱਜਕੱਲ੍ਹ ਇਹ ਲੋਕਨਾਚ ਗਿੱਧੇ ਵਿੱਚ ਇੱਕ ਮੰਦਰਾ ਵਜੋਂ ਹੀ ਰਹਿ ਗਿਆ ਹੈ ਲੁੱਡੀ ਨਾਚ ਪਾਵੇ ਮਰਦਾਂ ਦੁਆਰਾ ਨੱਚਿਆ ਜਾਂਦਾ ਰਿਹਾ ਹੈ ਪਰ ਪੱਛਮੀ ਪੰਜਾਬ ਵਿੱਚ ਪ੍ਰਚਲਿਤ ਰਹੇ ਇਸਤਰੀ ਲੋਕਨਾਚਾਂ ਵਿੱਚ ਇਸ ਨੂੰ ਵਿਸ਼ੇਸ਼ ਥਾਂ ਪ੍ਰਾਪਤ ਸੀ ਇਸੇ ਤਰ੍ਹਾਂ ਤਮਾਲ ਸੁਤੰਤਰ ਕਿਸਮ ਦਾ ਲੋਕਨਾਚ ਸੀ ਜੋ ਲੁੱਡੀ ਵਾਂਗ ਹੀ ਅਲੋਪ ਹੋ ਰਿਹਾ ਹੈ ਅਤੇ ਹੁੱਲੇ-ਹੁਲਾਰੇ ਵਾਂਗ ਗਿੱਧੇ ਵਿੱਚ ਇੱਕ ਮੰundra ਤਾਂ ਕਿ ਸੀਮਤ ਹੋ ਕੇ ਰਹਿ ਗਿਆ ਹੈ ਇਸ ਤਰ੍ਹਾਂ ਡੰਡਾਸ কুমਰ ਤੇ ਸਪੇਰਾ ਵੀ ਇਸਤਰੀਆਂ ਦੇ ਲੋਕ ਨਾਚ ਸਨ ਮਰਦਾਂ ਦੇ ਮੁੱਖ ਲੋਕ ਨਾਚਾਂ ਤੋਂ ਬਿਨਾ ਕੁਝ ਹੋਰ ਲੋਕ ਨਾਚਾਂ ਦਾ ਜ਼ਿਕਰ ਵੀ ਪੰਜਾਬ ਦੇ ਲੋਕ ਨਾਚ ਪਾਠ ਵਿੱਚ ਆਇਆ ਹੈ ਅਜਿਹੇ ਲੋਕ ਨਾਚਾਂ ਵਿੱਚ ਮਾਲਵੇ ਦਾ ਮਰਦਾਂ ਦਾ ਗਿੱਧਾ ਵਿਸ਼ੇਸ਼ ਤੌਰ ਤੇ ਪ੍ਰਸਿੱਧ ਹੈ ਜੋ ਕਾਫੀ ਹਰਮਨ ਪਿਆਰਾ ਹੋ ਰਿਹਾ ਹੈ ਪਰ ਇਸ ਵਿੱਚ ਲੋਕ ਨਾਚ ਵਰਗੀਆਂ ਮੁੰਦਰਾਵਾ ਘਟ ਅਤੇ ਲੰਬੀਆਂ ਬੋਲੀਆਂ ਦੀ ਪਰ ਮਾਰ ਜ਼ਿਆਦਾ ਹੁੰਦੀ ਹੈ ਪੁਰਾਣੇ ਸਮੇਂ ਤੋਂ ਸੂਫੀਆਂ ਸੰਤਾਂ ਦੇ ਡੇਰਿਆਂ ਤੇ ਨੱਚਿਆ ਜਾਂਦਾ ਰਿਹਾ ਹੈ ਤੇਜ਼ ਗਤੀ ਦਾ ਲੋਕ ਨਾਚ ਹੁਣ ਉਨਾ ਪ੍ਰਚਲਿਤ ਨਹੀਂ ਰਿਹਾ ਅਤੇ ਪੰਗੜੇ ਦੀ ਇੱਕ ਚਾਲ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਇਸੇ ਤਰ੍ਹਾਂ ਹੀ ਖੁੱਲੀ ਹਮੇੜੀ ਡੰਡਾਸ ਗਤਕਾ ਅਖਾੜਾ ਪਠਾਨੀਆਂ ਭਗਤਨਾਚ ਜੰਗਮ ਨਾਚ ਨਾਮ ਤਾਰਿਵ ਨਾਚ ਵਰਗੇ ਲੋਕ ਨਾਚ ਸੀਮਤ ਖੇਤਰੀ ਲੋਕ ਨਾਚ ਬਣਦੇ ਬਣਦੇ ਆਪਣੀ ਹੋਂਦ ਇੱਕ ਇੱਕ ਦੋ ਦੋ ਮੁੰਦਰਾਵਾਂ ਤੱਕ ਹੀ ਸੀਮਤ ਕਰਕੇ ਲਗਭਗ ਖਤਮ ਹੋ ਗਏ ਲੱਗਦੇ ਹਨ ਵਸਤੂ ਨਿਸ਼ਪਰੇਸ਼ਨ ਫਸਟ ਕੁਸਚਨ ਪੰਜਾਬ ਦੇ ਲੋਕਨਾਚ ਕਿਸ ਪ੍ਰਕਾਰ ਦੀ ਕਲਾ ਹਨ ਉੱਤਰ ਇੱਕ ਤਰ੍ਹਾਂ ਦੀ ਲੋਕ ਕਲਾ ਪੰਜਾਬ ਵਿੱਚ 5000 ਪੂਰਵ ਇਸਵੀ ਤੋਂ ਕਿਹੜੇ ਨਾਚ ਨੱਚਣ ਦੀ ਪਰੰਪਰਾ ਦੇ ਪਰਮਾਨ ਮਿਲਦੇ ਹਨ ਉੱਤਰ ਲੋਕਨਾਚ ਪੰਜਾਬ ਦੇ ਸਮੁੱਚੇ ਲੋਕਨਾਚ ਲੋਕਿਕ ਪ੍ਰਕਿਰਤੀ ਦੇ ਧਾਰਨੀ ਹਨ ਹਾਂ ਜਾਂ ਨਹੀਂ ਉੱਤਰ ਹਾਂ ਪੰਜਾਬ ਦੇ ਲੋਕ ਨਾਚਾਂ ਦਾ ਵਰਗੀਕਰਨ ਕਿਹੜੇ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ ਉੱਤਰ ਇਸਤਰੀਆਂ ਅਤੇ ਮਰਦਾਂ ਦੇ ਲੋਕ ਨਾਚ ਇਸਤਰੀਆਂ ਦੇ ਲੋਕ ਨਾਚਾਂ ਦੇ ਨਾਂ ਦੱਸੋ ਗਿੱਧਾ ਸੰਮੀ ਕਿੱਕਲੀ ਹੁੱਲੇ ਹੁਲਾਰੇ ਅੱਗੇ ਸੰਮੀ ਮੇਰੀ ਵਨ ਡੈਸ਼ ਕੁ ਤਾਂ ਮੇਰੇ ਵੀਰ ਦੀ ਵਨ ਸੰਮੀਏ ਸੰਮੀ ਮੇਰੀ ਵਨ ਡੈਸ਼ ਖਾਣ ਵਾਲੇ ਆ ਗਏ ਵਨ ਸਮੀਏ ਉਪਰੋਕਤ ਗੀਤ ਕਿਸ ਲੋਕ ਕਲਾ ਦੀਆਂ ਸਤਰਾ ਹਨ ਉੱਤਰ ਸਮੀਏ ਪੱਛਮੀ ਪੰਜਾਬ ਵਿੱਚ ਕਿਹੜਾ ਲੋਕ ਨਾਚ ਮਰਦਾਂ ਤੇ ਔਰਤਾਂ ਦੋਹਾਂ ਵੱਲੋਂ ਨੱਚਿਆ ਜਾਂਦਾ ਸੀ ਉੱਤਰ ਲੁੱਡੀ ਕੁਐਸਚਨ ਮਰਦਾਂ ਦੇ ਲੋਕ ਨਾਚਾਂ ਦੇ ਨਾਮ ਦੱਸੋ ਉੱਤਰ ਭੰਗੜਾ ਚੁੰਮਰ ਮਾਲਵੇ ਦਾ ਮਰਦਾਂ ਦਾ ਗਿੱਧਾ ਧਮਾਲ ਕੁਐਸਚਨ ਉਹ ਕਿਹੜਾ ਲੋਕ ਸਾਜ਼ ਹੈ ਜਿਸ ਦੀ ਸਰਲ ਤਾਲ ਤੇ ਲੋਕ ਨਾਚ ਭੰਗੜਾ ਨੱਚਿਆ ਜਾਂਦਾ ਹੈ ਉੱਤਰ ਟੋਲ ਪੰਗੜੇ ਦੀ ਟੋਲੀ ਵਿੱਚ ਬੋਲੀ ਕੌਣ ਪਾਉਂਦਾ ਹੈ ਉੱਤਰ ਨਚਾਰ ਜਾਂ ਢੋਲਚੀ ਜਾਂ ਲਾਕੜੀ ਨੈਕਸਟ ਮਰਦਾਂ ਦਾ ਉਹ ਕਿਹੜਾ ਨਾਚ ਹੈ ਜਿਸ ਨੂੰ ਇਸਤਰੀ ਨਾਚ ਵੀ ਸਮਝ ਲਿਆ ਜਾਂਦਾ ਹੈ ਉੱਤਰ ਲੁੱਡੀ ਅਗਲਾ ਕੁਐਸਚਨ ਹੁੱਲੇ ਹੁਲਾਰੇ ਕਿੰਨਾ ਦਾ ਨਾਚ ਹੈ ਉੱਤਰ ਇਸਤਰੀਆਂ ਦਾ ਪੁਰਾਤਨ ਗ੍ਰੰਥਾਂ ਵਿੱਚ ਹੁੱਲੇ ਹੁਲਾਰੇ ਨਾਚ ਦਾ ਕੀ ਨਾਂ ਮਿਲਦਾ ਹੈ ਹਲੀ ਸੰ ਕੁਐਸਚਨ ਖੁੱਲੇ ਊਲਾਰੇ ਲੋਕ ਨਾਚ ਕਿਨਾਂ ਦੀ ਪਰੰਪਰਾ ਨਾਲ ਸੰਬੰਧਿਤ ਹੈ ਉੱਤਰ ਦੇਵਦਾਸੀਆਂ ਦੀ ਉਸ ਨਾਚ ਦਾ ਨਾਮ ਦੱਸੋ ਜਿਸ ਨੂੰ ਮਰਦ ਤੇ ਇਸਤਰੀਆਂ ਦੋਵੇਂ ਨੱਚਦੇ ਹਨ ਉੱਤਰ ਲੁੱਡੀ ਜਾਂ ਤਮਾਲ ਪੰਜਾਬੀ ਗੱਬਰੂਆਂ ਦੇ ਪ੍ਰਮੁੱਖ ਲੋਕ ਨਾਚ ਦਾ ਨਾਮ ਦੱਸੋ ਉੱਤਰ ਪੰਗੜਾ ਕੁਐਸਚਨ ਉਹ ਕਿਹੜਾ ਨਾਚ ਹੈ ਜਿਸ ਨੂੰ ਫਸਲ ਨਾਚ ਜਾਂ ਵਸਾਕੀ ਨਾਚ ਕਿਹਾ ਜਾਂਦਾ ਹੈ ਉੱਤਰ ਪੰਗੜਾ ਕੁਐਸਚਨ ਪੰਗੜਾ ਕਿਹੜੇ ਸਾਜ਼ ਦੀ ਤਾਲ ਉੱਤੇ ਨੱਚਿਆ ਜਾਂਦਾ ਹੈ ਉੱਤਰ ਢੋਲ ਦੀ ਪੰਗੜਾ ਪਾਉਣ ਦੇ ਆਰੰਭ ਸਮੇਂ ਢੋਲ ਦੀ ਤਾਲ ਕਿਹੋ ਜੀ ਵੱਜਦੀ ਹੈ ਉੱਤਰ ਤੀਮੀ ਕੁਐਸਚਨ ਪੰਗੜੇ ਵਿੱਚ ਢੋਲ ਤੋਂ ਇਲਾਵਾ ਹੋਰ ਕਿਹੜੇ ਸਾਜ਼ ਵਰਤੇ ਜਾਂਦੇ ਹਨ ਉੱਤਰ ਚਿੰਤਾ ਦਾੰਗ ਕਾਟੋ ਸੱਪ ਆਦਿ ਅਗਲਾ ਕੁਐਸਚਨ ਸੰਮੀ ਲੋਕਨਾਚ ਵਿੱਚ ਕਿੰਨਾ ਰਾਹੀ ਸੁਨੇਹੇ ਭੇਜਣ ਦੀਆਂ ਮੁੰਦਰਾਵਾਂ ਦਾ ਸੰਚਾਰ ਕੀਤਾ ਜਾਂਦਾ ਹੈ ਉੱਤਰ 15 ਰਾਹੀ ਪਹਾਂਦੇ ਹਿਲੌਰੀਆਂ ਉੱਤੇ ਆਧਾਰਿਤ ਨਾਚ ਦੱਸੋ ਉੱਤਰ ਸਮੇ ਨਾਚ ਸਮੇ ਨਾਚ ਵਿੱਚ ਕਮਾਲ ਦੀ मुंद्रा ਕਿਹੜੀ ਹੁੰਦੀ ਹੈ ਉੱਤਰ ਨਮਸਕਾਰ ਜਾਂ ਸਲਾਮੀ ਨਿੱਕੀਆਂ ਜਾਂ ਛੋਟੀਆਂ ਕੁੜੀਆਂ ਦਾ ਨਾਚ ਕਿਹੜਾ ਹੈ ਉੱਤਰ ਕਿਕਲੀ ਕੁਐਸਚਨ ਲੇਖਕ ਅਨੁਸਾਰ ਕਿਹੜਾ ਨਾਚ ਕਿੱਦੇ ਦੀ ਨਰਸਰੀ ਹੈ ਉੱਤਰ ਕਿਕਲੀ ਕਿਕਲੀ ਕਿੰਨੇ ਝੋਟੇ ਬਣਾ ਕੇ ਪਾਈ ਜਾਂਦੀ ਹੈ ਉੱਤਰ 2-2 ਝੋਟੇ ਕਵੈਸਚਨ ਲੇਖਕ ਕਿਹੜੇ ਨਾਚ ਨੂੰ ਤੀਬਰ ਗਤੀ ਦਾ ਜੁੱਟ ਕਹਿੰਦਾ ਹੈ ਉੱਤਰ ਕਿਕਲੀ ਨੂੰ ਕਵੈਸਚਨ ਪੰਜਾਬ ਦਾ ਪ੍ਰਸਿੱਧ ਜਾਂ ਸਿਰਤਾਜ ਲੋਕ ਨਾਚ ਕਿਹੜਾ ਹੈ ਉੱਤਰ ਗਿੱਧਾ ਕਵੈਸਚਨ ਸਮੇ ਕਿਸ ਦੇ ਵਿਯੋਗ ਵਿੱਚ ਨੱਚ-ਨੱਚ ਕੇ ਫਾਵੀ ਹੋ ਜਾਂਦੀ ਹੈ ਉੱਤਰ ਆਪਣੇ ਪ੍ਰੇਮੀ ਢੋਲੇ ਦੇ ਵਿਯੋਗ ਵਿੱਚ ਕਵੈਸਚਨ ਉਹ ਕਿਹੜਾ ਨਾਚ ਹੈ ਜੋ ਪੰਜਾਬੀਆਂ ਦੇ ਹੌਸਲੇ ਜਾਂ ਗੈਰਤ ਜਾਂ ਬੀਰਤਾ ਦਾ ਚਿੱਤਰ ਪੇਸ਼ ਕਰਦਾ ਹੈ ਉੱਤਰ ਪੰਗੜਾ ਕੁਐਸਚਨ ਝੂਮਰ ਪੰਜਾਬ ਦੇ ਕਿਹੜੇ ਇਲਾਕੇ ਦਾ ਨਾਚ ਹੈ ਉੱਤਰ ਸੰਦਲਬਾਰ ਇਲਾਕੇ ਦਾ ਕੁਐਸਚਨ ਉਹ ਕਿਹੜਾ ਨਾਚ ਹੈ ਜੋ ਝੂਮ-ਝੂਮ ਕੇ ਨੱਚਿਆ ਜਾਂਦਾ ਹੈ ਉੱਤਰ ਝੂਮਰ ਪੰਜਾਬ ਦੇ ਕਿਹੜੇ ਨਾਚ ਵਿੱਚ ਰਾਜਸਥਾਨ ਦੇ ਘੂਮਰ ਨਾਚ ਦੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਹਨ ਉੱਤਰ ਝੂਮਰ ਨਾਚ ਵਿੱਚ ਕੁਐਸਚਨ ਟੋਲਾ ਕਿਹੜੇ ਇਲਾਕੇ ਦੇ ਲੋਕਾਂ ਦਾ ਹਰਮਨ ਪਿਆਰਾ ਲੋਕ ਗੀਤ ਹੈ ਉੱਤਰ ਸੰਦਲਬਾਰ ਇਲਾਕੇ ਦੇ ਲੋਕਾਂ ਦਾ ਉਸ ਨਾਚ ਦਾ ਨਾਮ ਦੋਸਤੋ ਜਿਹੜਾ ਤਿੰਨ ਤਾਲਾਂ ਵਿੱਚ ਨੱਚਿਆ ਜਾਂਦਾ ਹੈ ਉੱਤਰ ਝੂਮਰ ਝੂਮਰ ਦੀ ਤਾਲ ਚੀਨ ਫੜਨਾ ਧਮਾਲ ਕਿਹੜੇ ਨਾਚ ਦੀਆਂ ਤਾਲਾਂ ਹਨ ਉੱਤਰ ਝੂਮਰ ਦੀਆਂ ਕੁਐਸਚਨ ਜਿੱਤ ਅਤੇ ਖੁਸ਼ੀ ਦੇ ਨਾਚ ਦਾ ਨਾਮ ਦੱਸੋ ਉੱਤਰ ਲੁੱਡੀ ਕੁਐਸਚਨ ਮਾਲਵੇ ਦਾ ਕਿਹੜਾ ਗਿੱਧਾ ਪ੍ਰਚਲਿਤ ਹੈ ਉੱਤਰ ਮਰਦਾਂ ਦਾ ਗਿੱਧਾ ਜਾਂ ਚੋਬਰਾਂ ਦਾ ਗਿੱਧਾ ਕੁਐਸਚਨ ਉਸ ਨਾਚ ਦਾ ਨਾਮ ਦੱਸੋ ਜਿਸ ਵਿੱਚ ਲੰਬੀਆਂ ਬੋਲੀਆਂ ਵਧੇਰੇ ਪਾਈਆਂ ਜਾਂਦੀਆਂ ਹਨ ਉੱਤਰ ਮਰਦਾਂ ਦੇ ਗਿੱਧੇ ਵਿੱਚ ਚੋਬਰਾਂ ਦੇ ਗਿੱਧੇ ਵਿੱਚ ਮਲਵਈਆਂ ਦੇ ਗਿੱਧੇ ਵਿੱਚ ਧਮਾਲ ਲਾਜ ਕਿਨਾਂ ਦੀ ਡੇਰਿਆਂ ਉੱਤੇ ਨੱਚਿਆ ਜਾਂਦਾ ਰਿਹਾ ਹੈ ਉੱਤਰ ਸੂਫੀਆਂ ਸੰਤਾਂ ਦੇ ਡੇਰਿਆਂ ਉੱਤੇ ਜਿਹੜੇ ਲੋਕਨਾਚ ਸੁਲਪਤ ਹੋ ਚੁੱਕੇ ਹਨ ਉਹਨਾਂ ਵਿੱਚੋਂ ਕਿਸੇ ਤਿੰਨ ਦੇ ਨਾਂ ਲਿਖੋ ਉਤਰਖਲੀ 헤ਸੜੀ ਡੰਡਾਸ ਅੱਗੇ ਠੀਕ ਗਲਤ ਪੰਜਾਬ ਦੇ ਲੋਕਨਾਚ ਪੰਜਾਬੀਆਂ ਦੇ ਜਨਜੀਵਨ ਦਾ ਮਹੱਤਵਪੂਰਨ ਅੰਸ਼ ਹਨ ਸਹੀ ਗਿੱਧਾ ਤਾਲੀਨਾਚ ਹੈ ਸਹੀ ਗਿੱਦੇ ਦੀਆਂ ਮੰਦਰਾਵਾਂ ਨੂੰ ਸੀਮਤ ਨਹੀਂ ਕੀਤਾ ਜਾ ਸਕਦਾ ਸਹੀ ਕਿਸਤਰੀਆਂ ਦੇ ਲੋਕਨਾਚਾਂ ਵਿੱਚੋਂ ਸੰਮੇ ਇੱਕ ਹੈ ਸਹੀ ਪੰਗੜੇ ਵਿੱਚ ਨਚਾਰਾਂ ਦੀ ਗਿਣਤੀ ਨਿਧਾਰਿਤ ਹੁੰਦੀ ਹੈ ਸਹੀ ਪੰਗੜਾ ਪੰਜਾਬੀ ਗੱਬਰੂਆਂ ਦਾ ਪ੍ਰਮੁੱਖ ਨਾਚ ਹੈ ਗਲਤ ਵਰਤਮਾਨ ਸਮੇਂ ਵਿੱਚ ਅਸਲ ਪੰਗੜੇ ਦਾ ਸਰੂਪ ਬਦਲ ਚੁੱਕਾ ਹੈ ਸਹੀ ਖਾਲੀ ਥਾਂ ਪੰਜਾਬ ਵਿੱਚ ਡੈਸ਼ ਈਸਵੀ ਤੋਂ ਲੋਕ ਨਾਚ ਨੱਚਣ ਦੀ ਪਰੰਪਰਾ ਦੇ ਪਰਮਾਨ ਮਿਲਦੇ ਹਨ 5000 ਅਸਲ ਵਿੱਚ ਗਿੱਧਾ ਡੈਸ਼ ਨਾਚ ਹੈ ਤਾਲੀ ਡੈਸ਼ ਆਪਣੇ ਹਰ ਪ੍ਰਕਾਰ ਦੇ ਕਾਰ ਵਿਹਾਰ ਵਿੱਚੋਂ ਗਿੱਧੇ ਵਾਸਤੇ ਮੌਕਾ ਸਹਿੜਾ ਲੈਂਦੀਆਂ ਹਨ ਇਸ ਤਰ੍ਹਾਂ ਦੇ ਪ੍ਰਸਿੱਧ ਲੋਕ ਨਾਚ ਕਿੱਕਲੀ ਡੈਸ਼ ਕੁੜੀਆਂ ਦਾ ਲੋਕ ਨਾਚ ਹੈ ਛੋਟੀਆਂ ਪੱਛਮੀ ਪੰਜਾਬ ਵਿੱਚ ਪ੍ਰਚਲਿਤ ਰਹੇ ਇਸਤਰੀ ਲੋਕ ਨਾਚਾਂ ਵਿੱਚ ਡੈਸ਼ ਨੂੰ ਵਿਸ਼ੇਸ਼ ਥਾਂ ਹਾਸਲ ਸੀ ਲੁੱਡੀ ਪ੍ਰਸਿੱਧ ਲੋਕ ਨਾਚ ਡੈਸ਼ ਪੱਛਮੀ ਪੰਜਾਬ ਦੇ ਸੰਦਲਬਾਰ ਦੇ ਲੋਕਾਂ ਦੇ ਚਾਵਾ ਮਲਾਰਾਂ ਨੂੰ ਪ੍ਰਗਟ ਕਰਦਾ ਹੈ ਚੁੰਮਰ ਹੁਣ ਅੱਗੇ ਬਹੁ ਵਿਕਲਪੀ ਪ੍ਰਸ਼ਨ। ਹੇਠ ਲਿਖਿਆਂ ਵਿੱਚੋਂ ਮਰਦਾ ਦਾ ਲੋਕ ਨਾਚ ਕਿਹੜਾ ਹੈ? ਸੰਮੀ, ਕਿਕਲੀ, ਗਿੱਧਾ, ਪੰਗੜਾ ਜਾਂ ਚੁੰਮਰ? ਉੱਤਰ ਪੰਗੜਾ ਜਾਂ ਚੁੰਮਰ। ਕੁਐਸਚਨ ਉਹ ਕਿਹੜਾ ਨਾਚ ਹੈ ਜਿਸ ਨੂੰ ਪੰਜਾਬਣ ਆਪਣੇ ਆਪ ਤੋਂ ਅਤੇ ਆਪਣੇ ਪਿੰਡਾਂ ਤੋਂ ਦੂਰ ਨਹੀਂ ਜਾਣ ਦੇਣਾ ਚਾਹੁੰਦੀ? ਚੁੰਮਰ, ਗਿੱਧਾ, ਸੰਮੀ, ਕਿਕਲੀ? ਉੱਤਰ ਗਿੱਧਾ। ਇਨਾ ਵਿੱਚੋਂ ਤਾਲੀਨਾਚ ਕਿਹੜਾ ਹੈ ਲੁੱਡੀ ਗਿੱਧਾ ਸੰਮੀ ਕਿਕਲੀ ਉੱਤਰ ਗਿੱਧਾ ਗਿੱਧੇ ਵਿੱਚ ਬੋਲੀਆਂ ਅਤੇ ਟੱਪਿਆਂ ਦੇ ਭਾਵਾਂ ਨੂੰ ਕਿਸ ਰਾਂਹੀ ਪੇਸ਼ ਕੀਤਾ ਜਾਂਦਾ ਹੈ ਬੋਲਾ ਰਾਂਹੀ ਤਾਲੀ ਰਾਂਹੀ ਨਾਚ ਮੁੰਦਰਾਵਾਂ ਰਾਂਹੀ ਬੈਠ ਕੇ ਉੱਤਰ ਨਾਚ ਮੁੰਦਰਾਵਾਂ ਰਾਂਹੀ ਹੁੱਲੇ ਹੁਲਾਰੇ ਨਾਚ ਕਿੰਨਾ ਦਾ ਹੈ ਮਰਦਾਂ ਦਾ ਇਸਤਰੀਆਂ ਦਾ ਦੋਵਾਂ ਦਾ ਕਿਸੇ ਦਾ ਨਹੀਂ ਉੱਤਰ ਇਸਤਰੀਆਂ ਦਾ ਪੰਗੜੇ ਵਿੱਚ ਕਿਹੜੇ ਸਾਜ਼ ਵਰਤੇ ਜਾਂਦੇ ਹਨ ਚਿਮਟਾ ਡਾਂਗ ਕਾਟੋ ਸਾਰੇ ਉੱਤਰ ਸਾਰੇ ਹੀ ਅਗਲਾ ਕੁਐਸਚਨ ਪੰਜਾਬ ਦੇ ਲੋਕਨਾਚਲੇ ਦਾ ਲੇਖਕ ਕੌਣ ਹੈ ਡਾਕਟਰ ਜਗੀਰ ਸਿੰਘ ਨੂਰ ਡਾਕਟਰ ਇਕਬਾਲ ਕੋਰ ਸਰਦਾਰ ਤੇਜਾ ਸਿੰਘ ਡਾਕਟਰ ਜੋਗਿੰਦਰ ਸਿੰਘ ਕੈਰੋਂ ਉੱਤਰ ਡਾਕਟਰ ਜਗੀਰ ਸਿੰਘ ਨੂਰ ਪੰਜਾਬ ਵਿੱਚ ਲੋਕਨਾਚ ਨੱਚਣ ਦੀ ਪਰੰਪਰਾ ਕਿੰਨੀ ਪੁਰਾਣੀ ਹੈ 3000 ਪੂਰਵ ਈਸਵੀ 4000 ਪੂਰਵ ਈਸਵੀ 5000 ਪੂਰਵ ਈਸਵੀ 6000 ਪੂਰਵ ਈਸਵੀ ਉੱਤਰ 5000 ਪੂਰਵ ਈਸਵੀ ਪੰਜਾਬ ਦੇ ਲੋਕ ਨਾਚਾਂ ਦੀ ਪ੍ਰਕਿਰਤੀ ਕਿਹੋ ਜੀ ਹੈ ਅਲੌਕਿਕ ਲੋਕਿਕ ਪ੍ਰਕਿਰਤਿਕ ਪਰਾਲੌਕਿਕ ਉੱਤਰ ਲੋਕਿਕ ਲੇਖਕ ਨੇ ਪੰਜਾਬ ਦੇ ਲੋਕ ਨਾਚਾਂ ਦੀ ਵੰਡ ਕਿੰਨੇ ਪੱਧਰਾਂ ਤੇ ਕੀਤੀ ਹੈ 3 2 4 5 ਉੱਤਰ 2 ਨੈਕਸਟ ਕੁਐਸਚਨ ਇਸਤਰੀ ਲੋਕਨਾਚਾਂ ਦਾ ਸਬੰਧ ਕਿਸ ਨਾਲ ਜੁੜਦਾ ਹੈ ਮਨੋਰੰਜਨ ਨਾਲ ਉਪਜਾਇਕਤਾ ਨਾਲ ਪ੍ਰੇਮ ਨਾਲ ਬੇਪਰਵਾਹੀ ਨਾਲ ਉੱਤਰ ਉਪਜਾਇਕਤਾ ਨਾਲ ਹੇਠ ਲਿਖਿਆਂ ਵਿੱਚੋਂ ਇਸਤਰੀ ਲੋਕਨਾਚ ਕਿਹੜਾ ਹੈ ਜੰਗਮ ਪੰਗੜਾ ਝੁੰਮਰ ਗਿੱਧਾ ਸੰਮੀ ਕਿਕਲੇ ਉੱਤਰ ਹੈਗਾ ਗਿੱਧਾ ਸੰਮੀ ਕਿਕਲੇ ਇਸ ਤਰ੍ਹਾਂ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਪੰਜਾਬ ਦੇ ਲੋਕ ਨਾਚ ਤੇ ਕੋਸ਼ਣਾਸਰ ਚੰਗੀ ਤਰ੍ਹਾਂ ਸਮਝ ਲੱਗ ਚੁੱਕੇ ਹੋਣਗੇ ਧੰਨਵਾਦ